ਬਾਪੂ ਤਰਲੋਕ ਸਿੰਘ ਜੀ, ਜਦੋਂ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਦੀ ਸਵੇਰ ਨੂੰ ਹੋਇਆ, ਤੁਹਾਡੇ ਤੱਕ ਖਬਰ ਕਿਵੇਂ ਪਹੁੰਚਦੀ ਆ ਕਿ ਇੰਦਰਾ ਦਾ ਜਿਹੜਾ ਕਤਲ ਹੋ ਗਿਆ, ਤੁਹਾਨੂੰ ਕਿਵੇਂ ਪਤਾ ਲੱਗਾ? ਮੈਂ ਕਿਸੇ ਪਿੰਡ ਕਿਰਾਏ 'ਤੇ ਕਰਾਹ ਫੇਰਦਾ ਸੀ ਟਰੈਕਟਰ ਨਾਲ, ਉਸ ਪਿੰਡ ਦਿਆਂ ਲੋਕਾਂ ਨੇ ਦੱਸਿਆ ਅਤੇ ਮੈਂ ਉੱਥੇ ਜ਼ਿਕਰ ਕੀਤਾ ਅਤੇ ਜਿਹੜੇ ਉਹਦੇ ਸੱਜਣ ਸੀ ਉਹਨਾਂ ਬੋਤਲਾਂ ਹੱਥ 'ਚ ਫੜੀਆਂ ਸੀ ਅਤੇ ਉਹ ਆਉਂਦੇ ਸੀ ਵੀ ਆਪਣੇ ਯੋਧੇ ਦਾ ਹੀ ਕੰਮ ਹੀ। ਮੈਂ ਉਹਨੂੰ ਆਖਿਆ ਜੀ ਉਹਦਾ ਕੰਮ ਹੁੰਦਾ, ਮੈਨੂੰ ਪੁਲਿਸ ਨੇ ਇੱਥੇ ਕਿੱਥੇ ਖਲੋਣ ਦੇਣਾ। ਇਹ ਮੈਂ ਉਸ ਪਿੰਡ 'ਚੋਂ ਸੁਣ ਕੇ ਆਇਆ, ਹਰੂਵਾਲ ਪਿੰਡ ਆ ਮੇਰੇ ਲਾਗੇ ਜੀ। ਅਤੇ ਘਰ ਆਣ ਕੇ ਮੈਂ ਪੁੱਛਿਆ, ਘਰਦਿਆਂ ਨੂੰ ਕੋਈ ਪਤਾ ਨਹੀਂ, ਇਸ ਪਿੰਡ 'ਚ ਕੋਈ ਪਤਾ ਨਹੀਂ ਕੀ ਹੋਇਆ ਜਾਂ ਕੀ ਨਹੀਂ ਹੋਇਆ। ਮੇਰੇ ਨਾਂ ਦੇ ਬੰਦੇ ਚੁੱਕ ਕੇ ਠੁਆਲਾਂ ਦੇ ਲਈ ਗਏ ਨੇ, ਸ਼ਾਇਦ ਡਰੈਸ ਸਹੀ ਨਹੀਂ। ਮੈਨੂੰ ਅਗਲੇ ਦਿਨ ਸਵੇਰੇ ਘਰ ਨਲਕੇ 'ਤੇ ਨਹਾਉਂਦੇ ਨੂੰ ਫੜ ਕੇ ਖੜਿਆ ਪੁਲਿਸ ਨੇ। ਅੱਛਾ ਜੀ, ਤੁਹਾਂ ਦੇਸ਼ ਬਰਬਾਦ ਕਰ ਦਿੱਤਾ। ਮੈਂ ਆਖਿਆ ਵੀ ਮੈਨੂੰ ਨਹੀਂ ਪਤਾ, ਮੈਨੂੰ ਜਦੋਂ ਮਾਰ ਕਟਾਈ ਕਰਨ ਲੱਗੇ ਸੀ ਮੈਂ ਆਖਿਆ ਵੀ ਮੈਨੂੰ ਜੇ ਪਤਾ ਹੁੰਦਾ ਤਾਂ ਮੈਂ ਨਲਕੇ 'ਤੇ ਥੋੜ੍ਹਾ ਤੁਹਾਨੂੰ ਮਿਲਣਾ ਸੀ, ਮੈਂ ਤੁਹਾਡੇ ਅੱਗੇ ਭੱਜਣਾ ਸੀ ਫੜ ਅਤੇ ਤੁਹਾਨੂੰ ਲੈਣਾ ਸੀ, ਪਰ ਮੈਨੂੰ ਨਹੀਂ ਪਤਾ ਉੱਥੇ ਕੀ ਹੋਇਆ ਜੀ। ਅਤੇ ਬਾਪੂ ਜੀ, ਤੁਹਾਨੂੰ ਫਿਰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਕਿੰਨਾ ਚਿਰ ਰੱਖਿਆ? ਛੇਤੀ, ਮਤਲਬ ਵੀ ਜਦੋਂ ਅੱਗ ਲੱਗ ਗਈ ਦਿੱਲੀ ਸਾੜ ਫੂਕ ਹੋਣ ਡੈ ਪਈ ਆ ਤਾਂ ਉਹਨਾਂ ਮੈਨੂੰ ਦਿੱਲੀ ਖੜਨਾ ਸੀਗਾ ਨਾਲ ਜੀ, ਅਤੇ ਉਹ ਫਿਰ ਇੱਥੇ ਹੀ ਛੱਡ ਗਏ, ਇਸ ਪੁਲਿਸ ਨੂੰ ਦੇ ਗਏ। ਇਸ ਪੁਲਿਸ ਨੇ ਮੇਰੀ ਜ਼ਮਾਨਤ ਲੈ ਲਈ ਜੀ। ਫਿਰ ਚੈੱਕ ਕਰਨ ਇੱਥੇ ਆਉਂਦੇ ਰਹੇ ਨੇ, ਰੋਜ਼ ਆ ਜਾਣਾ, ਦੋ ਵਾਰੀ ਦਿਹਾੜੀ 'ਚ ਆ ਜਾਣਾ, ਮੈਂ ਘਰੇ ਹੀ ਹੁੰਦਾ ਸੀ ਜੀ।